ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਜਿਹੜੀਆਂ ਉਹਨਾਂ 'ਤੇ ਭਾਵਨਾਵਾਂ 'ਤੇ ਪੂਰਾ ਨਹੀਂ ਉਤਰਦੀ, ਅਤੇ ਫਿਰ ਉਹਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ, ਫੈਸਲੇ ਹੈਗੇ, ਉਹ ਕਰਨੇ ਪੈਂਦੇ। ਮੇਰੇ ਧਿਆਨ 'ਚ ਆਇਆ ਹੈਗਾ ਕਿ ਸਾਡੇ 5 ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ, ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ, ਔਰ ਜਿਹਦੇ ਕਰਕੇ ਰਿਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ, ਲੋਕਾਂ ਦੇ ਵਿੱਚ, ਔਰ ਉਹਨਾਂ ਨੂੰ ਅਸੀਂ ਕੱਲ੍ਹ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਤਾ ਹੈਗਾ। ਡਿਪਾਰਟਮੈਂਟ ਇਲੈਕਸ਼ਨ ਉਹਨਾਂ ਦੇ ਖਿਲਾਫ ਜਿਹੜਾ ਉਹ ਇਨੀਸ਼ੀਏਟ ਸ਼ੁਰੂ ਕਰਤਾ ਗਿਆ ਹੈਗਾ, ਵਿਭਾਗੀ ਕਾਰਵਾਈ ਸ਼ੁਰੂ ਕਰਤੀਆਂ ਗਈਆਂ। ਇਹ ਟੋਟਲ 5 ਲੋਕ ਨੇ, ਉਹਨਾਂ 'ਚੋਂ 3 ਤਾਂ ਸਾਡੇ ਥਾਣੇਦਾਰ ਨੇ ਜਿਨ੍ਹਾਂ ਨੇ ਮੌਕੇ 'ਤੇ ਪ੍ਰੋਪਰ ਕੰਮ ਨਹੀਂ ਕੀਤਾ, ਔਰ 2 ਸਾਡੇ ਹੇਠਲੇ ਮੁਲਾਜ਼ਮ ਨੇ ਸਿਪਾਹੀ ਹੌਲਦਾਰ, ਜਿਹੜੇ ਕਿ ਬੜੇ ਦੇਰ ਤੋਂ ਜਿਹੜੀ ਡਿਊਟੀ ਹੈਗੀ ਆ ਉਹ ਤੋਂ ਐਬਸੈਂਟ ਸੀਗੇ, ਉਹਦੇ ਕਰਕੇ ਉਹਨਾਂ ਦੇ ਖਿਲਾਫ਼ ਇਹ ਕਾਰਵਾਈ ਕੀਤੀ ਗਈ। ਜਿਹੜੇ 3 ਕੇਸ ਸਾਡੇ ਥਾਣੇਦਾਰਾਂ ਦੇ ਖਿਲਾਫ਼ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਚੌਂਕੀ ਇੰਚਾਰਜ ਅਲਾਵਲਪੁਰ, ਉੱਥੇ ਦੇ ਲੋਕ ਬਾਰ ਬਾਰ ਚੌਂਕੀ 'ਚ ਦਰਖਾਸਤਾਂ ਦੇ ਰਹੇ ਸੀ, ਉਹਦੇ ਧਿਆਨ 'ਚ ਲਿਆ ਰਹੇ ਸੀ ਵੀ ਸਾਡੇ ਜਿਹੜਾ ਹੈਗਾ ਆ ਇਹਨਾਂ ਕੰਮਾਂ ਦੀ ਜ਼ਰੂਰਤ ਹੈਗੀ ਆ, ਬਟ ਉਹਦੇ ਵੱਲੋਂ ਲਾਪਰਵਾਹੀ ਵਰਤੀ ਗਈ। ਨਸ਼ੇ ਦੇ ਖਿਲਾਫ਼ ਕੰਪਲੇਂਟ ਕਰ ਰਹੇ ਸੀ ਲੋਕ, ਉਹਨੇ ਲਾਪਰਵਾਹੀ ਵਰਤੀ। ਇੱਕ ਬੰਦਾ ਜਿਹੜਾ ਫੜਿਆ ਹੋਇਆ ਸੀਗਾ ਨਸ਼ੇ ਦੇ ਕੱਸ ਓਪਰੇਸ਼ਨ ਦੇ ਵਿੱਚ, ਉਹ ਬੰਦਾ ਵੀ ਜਿਹੜਾ ਹੈਗਾ ਆ ਉਹਦੇ ਖਿਲਾਫ਼ ਮਿਆਰੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ, ਜਿਹਦੇ ਕਰਕੇ ਲੋਕਾਂ 'ਚ ਰਿਜ਼ੈਂਟਮੈਂਟ ਸੀ। ਇਸੇ ਤਰੀਕੇ ਦੇ ਨਾਲ ਭੋਗਪੁਰ ਥਾਣੇ ਦੇ ਵਿੱਚ KSI ਸੀਗਾ, ਜਿਹੜਾ ਕਿ ਪਬਲਿਕਲੀ ਉਹਨੇ ਨਿਊਸੈਂਸ ਕੀਤੀ, ਮਿਸਬਿਹੇਵ ਕੀਤਾ ਨਾਕੇ ਦੇ ਡਿਊਟੀ ਦੇ ਦੌਰਾਨ, ਔਰ ਉਸ ਤੋਂ ਬਾਅਦ ਦੂਜੀ ਪਾਰਟੀ 'ਤੇ ਰਾਜ਼ੀਨਾਮੇ ਲਈ ਪ੍ਰੈਸ਼ਰ ਪਾਇਆ, ਜਿਹਦੇ ਨਾਲ ਇੱਕ ਹੋਰ ਜਿਹੜਾ ਫੌਜੀ ਕੇਸ, ਫੌਜਦਾਰੀ ਕੇਸ ਆ ਉਹ ਦਰਜ ਹੋਇਆ। ਇਸੇ ਤਰੀਕੇ ਦੇ ਨਾਲ ਲੋਹੀਆਂ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਅਵਤਾਰ ਸਿੰਘ ਖਹਿਰਾ ਨਾਂ ਦਾ ਥਾਣੇਦਾਰ ਸੀਗਾ, ਜਿਹਨੇ ਇੱਕ 307 ਦੇ ਅਟੈਂਪਟ ਟੂ ਮਰਡਰ ਦੇ ਕੇਸ 'ਚ ਤਫਤੀਸ਼ ਜਿਹੜੀ ਬੜੀ ਢਿੱਲੀ ਕੀਤੀ, ਜਿਹਦੇ ਕਰਕੇ ਮਦਈਆਂ ਨੂੰ ਇਨਸਾਫ ਮਿਲਣ 'ਚ ਦੇਰੀ ਹੋਈ, ਉਹਨੂੰ ਵੀ ਸਸਪੈਂਡ ਕੀਤਾ ਗਿਆ। ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਅਸੀਂ ਲੋਕਾਂ ਲਈ ਜਿਹੜੀ ਪੰਜਾਬ ਪੁਲਿਸ ਹੈ, ਜਲੰਧਰ ਰੂਰਲ ਪੁਲਿਸ ਹੈ, ਸਾਡੇ CM ਸਾਹਿਬ ਦੀ, DGP ਸਾਹਿਬ ਦੀ ਸਖਤ ਹਦਾਇਤ ਹੈ ਵੀ ਅਸੀਂ ਲੋਕਾਂ 'ਚ ਰਹੀਏ, ਲੋਕਾਂ ਦੀਆਂ ਗੱਲ ਸੁਣੀਏ, ਔਰ ਉਹਨਾਂ ਦੇ ਉੱਪਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰੀਏ। ਜਿਹੜਾ ਵੀ ਪੁਲਿਸ ਅਫਸਰ ਇਦਾਂ ਦੇ ਕੰਮਾਂ 'ਚ ਲਾਪਰਵਾਹੀ ਵਰਤਦਾ, ਉਹਦੇ ਖਿਲਾਫ਼ ਐਕਸ਼ਨ ਲਿਆ ਜਾਊਗਾ, ਉਹਨੂੰ ਅਕਾਊਂਟੇਬਲ ਬਣਾਇਆ ਜਾਊਗਾ ਲੋਕਾਂ ਲਈ, ਸਮਾਜ ਲਈ। ਥੈਂਕ ਯੂ ਵੈਰੀ ਮੱਚ।